ਫਿਰ ਮਹਾਰਾਜ ਕਹਿੰਦੇ ਪੰਜ ਕਕਾਰਾਂ ਦੀ ਰਹਿਤ ਦ੍ਰਿੜ ਰੱਖਣੀ ਪੰਜ ਕਕਾਰ ਕਿਹੜੇ ਕਿਹੜੇ ਸਭ ਤੋਂ ਪਹਿਲਾਂ ਕੇਸ ਕੇਸਾਂ ਦੇ ਨਾਲ ਕੇਸ ਕੀ ਤੇ ਕੇਸਾਂ ਵਿੱਚ ਕੰਘਾ ਕੇਸ ਕਦੇ ਤੇਰੇ ਤੋਂ ਦੂਰ ਨਾ ਹੋਣ ਕੇਸ ਸਦਾ ਸਦਾ ਨਾਲ ਰਹਿਣ ਸਾਇੰਸ ਕਹਿੰਦੀ ਹੈ ਜਿਹੜੇ ਓਜ਼ੋਨ ਲੇਅਰ ਦੇ ਡਿਪਲੈਸ਼ਨ ਨਾਲ ਕੈਂਸਰ ਹੁੰਦੇ ਨੇ ਕੇਸਾਧਾਰੀ ਬੰਦਿਆਂ ਨੂੰ ਨਹੀਂ ਹੁੰਦੇ ਸਾਇੰਸ ਕਹਿੰਦੀ ਹੈ ਇਹ ਗੱਲ ਕੇਸ ਗੁਰੂ ਨੇ ਦਿੱਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਡੱਲਾ ਕਹਿੰਦਾ ਮਹਾਰਾਜ ਆ ਸਿੱਖਾਂ ਦੇ ਕੇਸ ਨੇ ਕੇਸਾਂ ਦਾ ਕੀ ਫਾਇਦਾ ਮਹਾਰਾਜ ਕਹਿੰਦੇ ਗੁਰਮੁਖੋ ਜੇ ਗਲਤੀ ਨਾਲ ਕੋਈ ਸਿੱਖ ਨਰਕਾਂ ਚਲਿਆ ਜਾਵੇ ਅਸੀਂ ਕੇਸਾਂ ਤੋਂ ਫੜ ਕੇ ਖਿੱਚ ਲੈਂਦੇ ਹਾਂ ਕੇਸ ਗੁਰੂ ਦੀ ਦਾਤ ਫਿਰ ਸਭ ਤੋਂ ਉੱਪਰ ਕੇਸ ਜਿੱਥੇ ਪਰਮੇਸ਼ਰ ਦੀ ਬਾਣੀ ਵਿੱਚ ਗੱਲ ਆਈ ਨਾ ਵੀ ਰੱਬ ਕਿੱਦਾਂ ਦਾ ਸੋਹਣੇ ਦੰਦ ਤੇਰੇ ਲੰਮੜੇ ਵੱਲ ਪਰਮੇਸ਼ਰ ਵੀ ਕੇਸਾਧਾਰੀ ਹੈ ਪਰਮੇਸ਼ਰ ਦਾ ਸਰੂਪ ਵੀ ਕੇਸਾਧਾਰੀ ਬਾਣੀ ਚ ਦੱਸਿਆ ਤੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਖਾਲਸਾ ਅਕਾਲ ਪੁਰਖ ਕੀ ਫੌਜ ਤੂੰ ਉਸ ਪਰਮੇਸ਼ਰ ਦਾ ਪੁੱਤਰ ਹੈ ਤੇ ਪੁੱਤ ਪਿਓ ਵਰਗਾ ਲੱਗਣਾ ਚਾਹੀਦਾ ਤਾਂ ਤੈਨੂੰ ਕਿਹਾ ਕੇਸ ਨਾ ਕਤਲ ਕਰਾ ਕੇਸਾਂ ਦੀ ਸੰਭਾਲ ਕਰਨੀ ਕੇਸਾਂ ਵਿੱਚ ਕਈਆਂ ਦੇ ਜਟਾਂ ਹੋ ਜਾਂਦੀਆਂ ਸਿਰ ਨਹਾਉਣਾ ਨਹੀਂ ਸਿਰ ਨਹਾਉਣਾ ਨਹੀਂ ਕੰਘਾ ਕਰਨਾ ਨਹੀਂ ਵਿੱਚੇ ਜੂਆਂ ਘੁਲ ਘਲ ਜਾਂਦੀਆਂ ਕਹਿੰਦੇ ਜਟਾਂ ਆ ਗਈਆਂ ਜੀ ਵਾਹ ਜੀ ਬੜੀ ਕਮਾਈ ਜੀ ਬਾਬਿਆਂ ਦੀ ਕਿਆ ਅੰਤ ਹੈ ਤੇ ਬਹੁਤ ਜੀ ਸਿਰੇ ਹੀ ਪਿਆ ਜੀ ਇਹ ਤਾਂ ਜਟਾਂ ਵਾਲੇ ਬਾਬੇ ਨੇ ਜੀ ਪਰ ਗੁਰੂ ਸਾਹਿਬ ਕੀ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਜਟਾ ਨਾ ਸੀਸ ਧਾਰ ਹੋ ਨਾ ਮੁੰਦਰ ਕਾ ਸੁਧਾਰ ਹੋ ਜਟਾ ਨਹੀਂ ਰੱਖਣੀਆਂ ਸਿਰ ਤੇ ਸਗੋਂ ਕੇਸਾਂ ਨੂੰ ਸਵੇਰ ਸ਼ਾਮ ਕੰਘਾ ਕਰਨਾ ਇਹ ਤੇਰੀ ਡਿਊਟੀ ਹੈ ਸੰਭਾਲ ਕਰਨੀ ਕੇਸਾਂ ਦੀ ਜਟਾ ਨਾ ਸੀਸ ਧਾਰ ਹੋ ਨਾ ਮੁੰਦਰ ਕਾ ਸੁਧਾਰ ਹੋ ਕੰਨਾਂ ਵਿੱਚ ਮੁੰਦਰਾਂ ਵੀ ਨਹੀਂ ਪਾਉਣੀਆਂ ਨਾ ਕਾਨ ਕਾਹੂ ਕੀ ਤਰੋ ਕਹਿਓ ਪ੍ਰਭੂ ਸੂ ਮੈਂ ਕਹੋ ਕਿਸੇ ਦੀ ਗੱਲ ਵਿੱਚ ਨਹੀਂ ਜੋ ਪਰਮੇਸ਼ਰ ਨੇ ਕਿਹਾ ਸਤਿਗੁਰੂ ਕਹਿੰਦੇ ਉਹ ਮੈਂ ਦੱਸਦਾ ਸੋ ਗੁਰਮੁਖੋ ਜਿਨ੍ਹਾਂ ਦੇ ਮਤ ਨੇ ਜਿਨ੍ਹਾਂ ਦੇ ਧਰਮ ਨੇ ਮੁਬਾਰਕ ਹੈ ਸਿੱਖ ਨੇ ਜਟਾਂ ਨਹੀਂ ਰੱਖਣੀਆਂ ਕੇਸ ਨਹੀਂ ਕਤਲ ਕਰਾਉਣੇ ਕੇਸਾਂ ਦੇ ਵਿੱਚ ਕੰਘਾ ਸਵੇਰ ਸ਼ਾਮ ਕਰਨਾ ਹੱਥ ਵਿੱਚ ਕੜਾ ਅਨੁਸ਼ਾਸਨ ਦੱਸਦਾ ਡਿਸਿਪਲਿਨ ਦੱਸਦਾ ਲੋਕਾਂ ਪਿੱਛੇ ਲੱਗ ਕੇ ਤੂੰ ਹੱਥਾਂ ਨਾਲ ਮਾੜਾ ਕੰਮ ਲੱਗਿਆ ਕਰਨ ਤੇਰਾ ਕੜਾ ਮੂਹਰੇ ਆਏਗਾ ਤੈਨੂੰ ਦੱਸੇਗਾ ਉਹ ਤੂੰ ਬਾਜਾਂ ਵਾਲੇ ਦਾ ਸਿੱਖ ਹੈ ਤੂੰ ਵੀ ਖੋਤਿਆਂ 'ਚ ਰਲੀ ਜਾਂਦਾ ਕਈ ਕਹਿੰਦਾ ਸਿਸਟਮ ਏਦਾਂ ਦਾ ਲੈਣੀ ਪੈਂਦੀ ਰਿਸ਼ਵਤ ਪਰ ਜਦੋਂ ਕੜਾ ਮੂਹਰੇ ਆਏਗਾ ਤੈਨੂੰ ਰੋਕ ਦੇਗੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕੜਾ ਤੈਨੂੰ ਮਾੜੇ ਕੰਮ ਤੋਂ ਰੋਕਦਾ ਬਾਜਾਂ ਵਾਲੇ ਸਤਿਗੁਰੂ ਦਾ ਧਿਆਨ ਅੱਗੇ ਰੱਖਦਾ ਕੰਮ ਕੋਈ ਵੀ ਹੱਥਾਂ ਤੋਂ ਹੁੰਦਾ ਸੋ ਕੜਾ ਤੈਨੂੰ ਦਿੱਤਾ ਪਖੰਡ ਦਾ ਨਾਸ਼ ਕੀਤਾ ਲੋਹੇ ਦਾ ਕੜਾ ਦੇ ਦਿੱਤਾ ਉਹ ਤੂੰ ਹੇਠਾਂ ਕਿਰਪਾਨ ਹੈ ਲੋੜ ਪਈ ਤੇ ਗਊ ਗਰੀਬ ਦੀ ਕਿਸੇ ਧੀ ਭੈਣ ਦੀ ਇੱਜ਼ਤ ਬਚਾ ਸਕੇ ਘੱਟੋ ਘੱਟ ਸ਼੍ਰੀ ਸਾਹਿਬ ਹੋਵੇ 6 ਇੰਚ ਦੀ ਕਈਆਂ ਨੇ ਨਵਾਂ ਫੈਸ਼ਨ ਆਇਆ 2.5 ਇੰਚ ਦੀ ਸ਼੍ਰੀ ਸਾਹਿਬ ਪਾਈ ਹੁੰਦੀ ਹੈ 2.5 ਇੰਚ ਦੀ ਸ਼੍ਰੀ ਸਾਹਿਬ ਉਹ ਸਣੇ ਮਿਆਨ ਹੁੰਦੀ ਹੈ ਉਹਨੂੰ ਕੱਢ ਕੇ ਦੇਖੋ ਵਿੱਚ 1 ਇੰਚ ਦੀ 1 ਇੰਚ ਦੀ ਤੇ ਲੋੜ ਪਈ ਤੇ ਝਰੀਟ ਵੀ ਨਾ ਮਾਰੇ ਕਿਸੇ ਦੇ ਲੋੜ ਪੈ ਜੇ ਕਿਸੇ ਦੀ ਤੈਨੂੰ ਮੌਕੇ ਤੇ ਵਰਤਣੀ ਪੈ ਜੇ ਉਹ ਝਰੀਟ ਵੀ ਨਾ ਮਾਰੇ ਆ ਪਿੱਛੇ ਜੇ ਦਿੱਲੀ ਚਿੜੀਆ ਘਰ ਦੇ ਵਿੱਚੋਂ ਬੱਚਾ ਗਿਰ ਗਿਆ ਸੀ ਉਹ ਸ਼ੇਰ ਦੀ ਚਪੇਟ ਚ ਆ ਗਿਆ ਉਹ ਮੱਥੇ ਟੇਕੀ ਗਿਆ ਜੈ ਜੈ ਕਰੀ ਗਿਆ ਕਿੰਨਾ ਕੁਝ ਕਰੀ ਗਿਆ ਨਹੱਤਾ ਸੀ ਨਾ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਵੇਖੋ ਸੋਚ ਤੈਨੂੰ ਕਿਰਪਾਨ ਦੇਤੀ ਤਿਆਰ ਬਰ ਤਿਆਰ ਜੇ ਸ਼੍ਰੀ ਸਾਹਿਬ ਹੁੰਦੀ ਸ਼ਾਇਦ ਬਚ ਜਾਂਦਾ ਖੁਸ਼ ਸਤਨਾ ਸ਼੍ਰੀ ਵਾਹਿਗੁਰੂ ਸ਼ਾਇਦ ਕੁਝ ਨਾ ਕੁਝ ਜਾਨ ਬਚਾ ਸਕਦਾ ਸੀ ਕਿਉਂ ਸ਼ਸਤਰ ਕੋਲ ਸੀ ਕੁਝ ਨਾ ਕੁਝ ਤੇ ਹੋ ਸਕਦਾ ਸੀ ਕੁਝ ਸੋਚਿਆ ਵੀ ਜਾ ਸਕਦਾ ਨਹੱਤਾ ਕੀ ਕਰੂਗਾ ਤਿਆਰ ਬਰ ਤਿਆਰ ਰੱਖਿਆ ਖਾਲਸੇ ਨੂੰ ਇਸੇ ਕਰਕੇ ਫਿਰ 5ਵੇਂ ਨੰਬਰ ਤੇ ਕਸ਼ਹਿਰਾ ਤੈਨੂੰ ਜਤ ਸਤ ਦਾ ਧਾਰਨੀ ਕਰਦਾ ਜਤ ਸਤ ਵਿੱਚ ਰਹਿਣਾ ਸਤਿਗੁਰੂ ਦੇ ਦੱਸੇ ਰਾਹ ਤੇ ਤੁਰਨਾ ਸੋ ਗੁਰਮੁਖੋ ਇਹ 7 ਬਚਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਸ ਮੌਕੇ ਕੀਤੇ ਤੇ ਸਤਿਗੁਰ ਕਹਿੰਦੇ ਪਿਆਰਿਓ ਇਹ ਬਚਨਾਂ ਨੂੰ ਮੰਨੋ ਮੰਨੈ ਪਾਵੇ ਹਾਂਜੀ ਪਾਵੇ ਮੋਖ ਦੁਆਰ ਜੇ ਮਨ ਮੰਨ ਜੇ ਮਨ ਮੰਨ ਜੇ ਪਾਵੇ ਮੋਖ ਦੁਆਰ ਜੇ ਮਨ ਮੰਨ ਜੇ ਮਨ ਮੰਨ ਜੇ ਪਾਵੇ ਮੋਖ ਦੁਆਰ ਜੇ ਮਨ ਮੰਨ ਜੇ ਮਨ ਮੰਨ ਜੇ ਪਾਵੇ ਮੋਖ ਦੁਆਰ ਜੇ ਮਨ ਮੰਨ ਜੇ ਮਨ ਮੰਨ ਜੇ
ਸਾ ਹੁਕਮ ਗੁਰਾਂ ਦਾ ਮਨ ਲੈ ਪਿਆਰਿਆ ਸੱਚਾ ਹੁਕਮ ਗੁਰਾਂ ਦਾ ਮਨ ਲੈ ਪਿਆਰਿਆ ਸੱਚਾ ਹੁਕਮ ਗੁਰਾਂ ਦਾ ਮਨ ਲੈ ਪਿਆਰਿਆ ਸੱਚਾ ਹੁਕਮ ਗੁਰਾਂ ਦਾ ਗੱਜ ਕੇ ਭੈਣੋ ਗੱਜ ਸੱਚਾ ਹੁਕਮ ਗੁਰਾਂ ਦਾ ਹੁਕਮ ਗੁਰਾਂ ਦਾ ਸੱਚਾ ਹੁਕਮ ਗੁਰਾਂ ਦਾ ਹੁਕਮ ਗੁਰਾਂ ਦਾ ਸੱਚਾ ਹੁਕਮ ਗੁਰਾਂ ਦਾ ਹੁਕਮ ਗੁਰਾਂ ਦਾ ਸੱਚਾ ਹੁਕਮ ਗੁਰਾਂ ਦਾ ਬੋਲੋ ਹੁਕਮ ਗੁਰਾਂ ਦਾ ਬਈ ਹੁਕਮ ਗੁਰਾਂ ਦਾ ਹੁਕਮ ਗੁਰਾਂ ਦਾ ਸੱਚਾ ਹੁਕਮ ਗੁਰਾਂ ਦਾ ਹੁਕਮ ਗੁਰਾਂ ਦਾ ਹੁਕਮ ਗੁਰਾਂ ਦਾ ਹੁਕਮ ਗੁਰਾਂ ਦਾ ਸੱਚਾ ਹੁਕਮ ਗੁਰਾਂ ਦਾ ਵਾਹ ਮਨ ਲੈ ਪਿਆਰਿਆ ਹੋ ਸੱਚਾ ਹੁਕਮ ਗੁਰਾਂ ਦਾ ਮਨ ਲੈ ਬੰਦਿਆ ਸੱਚਾ ਹੁਕਮ ਗੁਰਾਂ ਦਾ ਓ ਮਨ ਲੈ ਪਿਆਰਿਆ ਸੱਚਾ ਹੁਕਮ ਗੁਰਾਂ ਦਾ ਮਨ ਲੈ ਪਿਆਰਿਆ ਸੱਚਾ ਹੁਕਮ ਗੁਰਾਂ ਦਾ ਮਨ ਲੈ ਪਿਆਰਿਆ ਸੱਚਾ ਹੁਕਮ ਗੁਰ ਸਤਿਗੁਰ ਕਾ ਜੋ ਸਿੱਖੇ ਅਖਾਏ ਸੋ ਭਾਂਜੇ ਉਠਾਰ ਨਾਮ ਤੇ ਆਵੇ ਹੁਕਮ ਕਰੇ ਪਲ ਕੇ ਪਰਮਾ ਇਸ਼ਨਾਨ ਕਰੇ ਅੰਮ੍ਰਿਤ ਸਰ ਗਾਵੇ ਹੁਕਮ ਕਰੇ ਪਲ ਕੇ ਪਰਮਾਤੀ ਸੁਨਾਮ ਕਰੇ ਅੰਮ੍ਰਿਤ ਸਰ ਨਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਪੈਂਦੇ ਉਠਾਰ ਨਾਮ ਤੇ ਆਵੇ ਗੁਰਬਾਣੀ ਗਾਵੇ ਹਰ ਨਾਮ ਤੇ ਆਵੇ ਜੋ ਸਾਸ ਮੇਰਾ ਧਿਆਏ ਮੇਰਾ ਹਰ ਵਰ ਸੋ ਗੁਰ ਸਿੱਖ ਗੁਰੂ ਮਨ ਪਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖੀ ਤੋ ਆਪ ਜਪੇ ਅਮਰਾ ਨਾਮ ਜਪਾਵੇ ਐਸੇ ਗੁਰਸਿੱਖਾਂ ਦੀ ਧੂੜੀ ਆਪ ਜਪਦੇ ਨੇ ਹੋਰਾਂ ਨੂੰ ਵੀ ਜਪਾਉਂਦੇ